ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹਲਕਾ ਵਿਧਾਇਕ ਫਿਲੌਰ ਬਲਦੇਵ ਖਹਿਰਾ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ ਸੀ। ਉਕਤ ਮੀਟਿੰਗ ਦੀ ਪਿੰਨਕ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੂੰ ਲੱਗ ਗਈ। ਮੀਟਿੰਗ 'ਚ ਅਕਾਲੀ ਦਲ ਦੇ ਕਈ ਵਰਕਰ ਪਹੁੰਚਣੇ ਸ਼ੁਰੂ ਹੋ ਗਏ ਸਨ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦਾ ਵਿਰੋਧ ਕਰਨ ਲਈ ਪਹੁੰਚਣੇ ਸ਼ੁਰੂ ਹੋ ਗਏ। ਕਿਸਾਨ ਜਥੇਬੰਦੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌ ਸਾਹਿਬ ਵਿਖੇ ਮੀਟਿੰਗ ਰੱਦ ਕਰ ਦਿੱਤੀ। ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘ ਪੁੰਨ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਆਦੇਸ਼ਾਂ 'ਤੇ ਚੱਲਦੇ ਪਿੰਡਾਂ 'ਚ ਜਾਣ ਵਾਲੀ ਹਰ ਪਾਰਟੀ, ਚਾਹੇ ਉਹ ਅਕਾਲੀ ਦਲ, ਕਾਂਗਰਸ ਜਾਂ ਆਮ ਆਦਮੀ ਪਾਰਟੀ ਹੋਵੇ, ਅਸੀਂ ਉਸਦਾ ਵਿਰੋਧ ਕਰਨਾ ਹੈ। ਇਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੌ ਸਾਹਿਬ ਵਿਖੇ ਪਾਰਟੀ ਦੇ ਅਹੁਦੇ ਤਕਸੀਮ ਕਰਨ ਲਈ ਕੀਤੀ ਜਾਣ ਵਾਲੀ ਮੀਟਿੰਗ ਦਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਸਾਰੀਆਂ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਖੇਤੀ ਬਿੱਲ ਰੱਦ ਹੋਣ ਉਪਰੰਤ ਹੀ ਆਪਣੀਆਂ ਮੀਟਿੰਗਾਂ ਕਰਨ। ਇਸ ਮੌਕੇ ਹਾਜ਼ਰ ਤੀਰਥ ਸਿੰਘ ਬਾਸੀ ਖਜਾਨਜੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਗੁਰਜੀਤ ਸਿੰਘ ਭਾਰ ਸਿੰਘਪੁਰ, ਪਿਆਰਾ ਸਿੰਘ, ਸੁਰਿੰਦਰਪਾਲ, ਗੁਰਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਸ਼ਾਨ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਅੱਜ ਅਸੀਂ ਮੌ ਸਾਹਿਬ ਅਕਾਲੀ ਦਲ ਦਾ ਕੋਈ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਸਾਨੂੰ ਇੰਨਾ ਪਤਾ ਲੱਗਿਆ ਸੀ ਵੀ ਉੱਥੇ ਬੰਦੇ ਆ, ਉਹਨੇ ਕਰਕੇ ਅਸੀਂ ਉੱਥੇ ਇਹਨਾਂ ਦਾ ਵਿਰੋਧ ਕਰ ਰਹੇ ਸੀ। ਲੇਕਿਨ ਅਸੀਂ ਜਾ ਕੇ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਵੀ ਤੁਸੀਂ ਕੰਮ ਨਾ ਕਰੋ, ਕਿਉਂਕਿ ਜਿੰਨਾ ਚਿਰ ਕਾਲੇ ਕਾਨੂੰਨ ਦਾ ਜਿਹੜਾ ਦੌਰ ਹੈ ਚੱਲ ਰਿਹਾ ਰੱਦ ਕਰਾਉਣ ਤੱਕ ਅਸੀਂ ਕਿਸੇ ਵੀ ਤਰੀਕੇ ਗੱਲ ਪਾਰਟੀ ਨੂੰ ਪਿੰਡਾਂ 'ਚ ਜਾਂ ਪਿੰਡਾਂ ਦੇ ਫੰਕਸ਼ਨ ਨਹੀਂ ਕਰ ਦੇਣੇ ਹੈਗੇ, ਉਹਨਾਂ ਦਾ ਅਸੀਂ ਸ਼ਾਂਤਮਈ ਢੰਗ ਨਾਲ ਵਿਰੋਧ ਕਰਾਂਗੇ। ਕਿਉਂਕਿ ਅਗਰ ਜੇ ਅਸੀਂ ਇਹ ਨਹੀਂ ਕਰਦੇ, ਤਿੰਨ ਪਾਰਟੀਆਂ ਜਦੋਂ ਪਿੰਡਾਂ 'ਚ ਵੜ ਜੂਗੀਆਂ, ਆਮ ਆਦਮੀ ਪਾਰਟੀ, ਅਕਾਲੀ ਪਾਰਟੀ, ਕਾਂਗਰਸ ਪਾਰਟੀ, ਜਿਹੜੇ ਪਿੰਡ ਆ ਉਹ ਧਰਿਆਂ 'ਚ ਤਿੰਨਾਂ 'ਚ ਵੰਡ ਹੋ ਜੂਗੀ ਔਰ ਪਿੰਡਾਂ ਦੇ ਲੋਕਾਂ ਦਾ ਜਿਹੜਾ ਝੁਕਾਅ ਆ ਇਹਨਾਂ ਨੂੰ ਹੋ ਜੂਗਾ ਅਤੇ ਕਿਸਾਨ ਦਿੱਲੀ ਮੋਰਚੇ ਦਾ ਲੋਕ ਘੱਟ ਜਾਊਗਾ। ਇਸ ਕਰਕੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਜਿੰਨਾ ਚਿਰ ਜਿਹੜੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਤੁਸੀਂ ਇਹ ਜਿਹੜੇ ਫੰਕਸ਼ਨ ਬੰਦ ਕਰ ਦਿਓ, ਪਿੰਡਾਂ ਦੇ ਮੋਰਚੇ ਦਾ ਬੰਦ ਕਰੋ, ਵੋਟਾਂ ਪਾਉਣੀਆਂ ਚਾਹੀਦੀਆਂ ਨੇ। ਉਹਨੇ ਸਾਡੀ ਇਸ ਬੇਨਤੀ ਨੂੰ ਰੱਖ ਲਓ ਚਾਹੇ ਕੁਛ ਵੀ ਕਰ ਲਿਆ ਔਰ ਉਹਨੇ ਇੱਕ ਜਿੱਦਾਂ ਹਲਕੇ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਵਿੱਚ ਅੱਜ ਹੋਰ ਵੀ ਉਦਘਾਟਨ ਹੋਣ, ਤੁਹਾਡਾ ਉਹਦੇ ਕੀ ਕਹਿਣਾ? ਉਦਘਾਟਨ ਜਿੱਥੇ ਕਿਤੇ ਸਾਨੂੰ ਦੇਖੋ ਛੋਟੇ ਛੋਟੇ ਉਦਘਾਟਨ ਹੋ ਹੀ ਜਾਂਦੇ ਆ, ਕਿਸਾਨ ਜਥੇਬੰਦੀਆਂ ਕੋਲ ਇੰਨਾ ਤਾਂ ਨਹੀਂ ਟਾਈਮ ਹੈਗਾ ਵੀ ਇੱਕ ਦਮ ਉੱਥੇ ਇਕੱਠੇ ਹੋਈਏ। ਹਾਂ, ਜਿੱਥੇ ਸਾਨੂੰ ਪਤਾ ਲੱਗਦਾ ਵੀ ਉਸ ਜਗ੍ਹਾ 'ਤੇ ਉਦਘਾਟਨ ਹੋਣਾ ਆ, ਉੱਥੇ ਸਾਡੀ ਜਥੇਬੰਦੀਆਂ ਜ਼ਰੂਰ ਪਹੁੰਚਦੀਆਂ ਔਰ ਪਹੁੰਚੂ ਵੀ ਆ ਵੀ ਔਰ ਸ਼ਾਂਤਮਈ ਢੰਗ ਨਾਲ ਅਸੀਂ ਉਹਨਾਂ ਨੂੰ ਇਹੀ ਗੱਲ ਪਾਰਟੀਆਂ ਨੂੰ ਕਹਿੰਦੇ ਹਾਂ, ਸਿਆਸੀਆਂ ਨੂੰ, ਵੀ ਜਿੰਨਾ ਚਿਰ ਇਹ ਅੰਦੋਲਨ ਚੱਲਦਾ ਆ, ਕਾਲੀ ਗੁਲਾਟੀ ਨਹੀਂ ਹੁੰਦੀ, ਉਨਾ ਚਿਰ ਤੁਸੀਂ ਇਹ ਕੰਮ ਛੱਡ ਦਿਓ। ਵੋਟਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹੀਆਂ, 5 ਸਾਲ ਵੋਟਾਂ ਬਾਅਦ ਜਾਂਦੀਆਂ, ਪਹਿਲਾਂ ਆਪਾਂ ਕਾਲੇ ਨੂੰ ਰੱਦ ਕਰਾ ਲਈਏ ਫਿਰ ਆਪਾਂ ਵੋਟਾਂ ਲੈ ਲਵਾਂਗੇ। ਜਿੱਦਾਂ ਅਕਾਲੀ, ਭਾਜਪਾ ਜਾਂ ਤੁਸੀਂ ਕਾਂਗਰਸ ਦਾ ਵਿਰੋਧ, ਹੋਰ ਕਿਸੇ ਪਾਰਟੀ ਵਿਰੋਧ ਕਰੋਗੇ ਜੇ ਇਕੱਠ ਕਰਨਗੇ ਤਾਂ? ਹਾਂਜੀ, ਜਿੱਦਾਂ ਹੁਣ ਪਾਰਟੀਆਂ ਹੋਰ ਵੀ ਜਿੱਦਾਂ ਅਕਾਲੀ, ਭਾਜਪਾ, ਕਾਂਗਰਸ ਜਾਂ ਵੱਖ ਵੱਖ ਸਿਆਸੀ ਪਾਰਟੀਆਂ ਪਿੰਡਾਂ ਵਿੱਚ ਜਾ ਕੇ ਕੋਈ ਆਪਣਾ ਮੁੱਦੇ ਲਈ ਪ੍ਰਚਾਰ ਕਰਨਗੇ ਤਾਂ ਵਿਰੋਧ ਕਰੋਗੇ ਉਹਨਾਂ ਦਾ? ਕਹਿੰਦੇ ਜੇ ਉਹ ਆਪਣੀਆਂ ਵੋਟਾਂ ਲਈ ਪ੍ਰਚਾਰ ਕਰੂਗੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ, ਸਾਥ ਵਿੱਚ ਆਗਰਾ ਕਰਾਂਗੇ।